ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਿਕ ਸਰਕਾਰੀ ਡਿਗਰੀ ਕਾਲਜ ਵਿਚ 1970 ਦੇ ਕਰੀਬ ਛੋਟੇ ਕਿਸਾਨਾਂ ਦੇ ਤਕਰੀਬਨ 15 ਕਰੋੜ ਦਾ ਕਰਜ਼ਾ ਮਾਫ਼ ਕੀਤਾ ਗਿਆ। ਇਸ ਮੌਕੇ ਤੇ ਮੁੱਖ ਰੂਪ ਵਿਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਲੜਕੇ ਕੰਵਰਪ੍ਰੀਤ ਸਿੰਘ ਤੇ ਐਸ ਡੀ ਐਮ ਅਜਨਾਲਾ ਰਜਤ ਓਬਰਾਏ ਵਿਸ਼ੇਸ਼ ਰੂਪ ਵਿਚ ਕਿਸਾਨਾਂ ਦੀ ਖੁਸ਼ੀ ਵਿਚ ਸ਼ਰੀਕ ਹੋਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਉਪਰਾਲਾ ਔਰ ਉਹਨਾਂ ਦਾ ਵਾਅਦਾ ਸੀ ਜ਼ਿੰਮੇਦਾਰ ਭਰਾਵਾਂ ਨਾਲ ਵੀ ਤੁਹਾਡੀ ਕਰਜ਼ਾ ਮਾਫ਼ੀ ਕਰਨੀ ਹੈ। ਇਹ ਅੱਜ ਜਿਹੜੀ ਕਰਜ਼ਾ ਮਾਫ਼ੀ ਹੋਈ ਹੈ ਇਹ 2.5 ਏਕੜ ਤੋਂ 5 ਏਕੜ ਤੱਕ ਜਿਹੜੇ 1970 ਕਿਸਾਨ ਵੀਰ ਸੀਗੇ ਜਿਨ੍ਹਾਂ ਨੂੰ 15 ਕਰੋੜ ਦੀ ਰਾਸ਼ੀ ਕਰਜ਼ਾ ਮਾਫ਼ੀ 'ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰਾਹ ਦਿੱਤੀ ਹੈ ਔਰ ਮੈਂ ਸਮਝਦਾ ਵੀ ਬਹੁਤ ਵੱਡਾ ਉਪਰਾਲਾ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਅਜਨਾਲੇ ਹਲਕੇ ਦਾ ਇਹ ਬਹੁਤ ਵੱਡਾ ਇੱਕ ਪਹਿਲਕਦਮੀ ਹੈ ਔਰ ਬਹੁਤ ਵੱਡਾ ਹਿੱਸਾ ਪ੍ਰਾਪਤੀ ਕੀਤੀ ਹੈ। 40% ਦੇ ਕਰੀਬ ਅਸੀਂ ਇਹ ਚੀਜ਼ ਐਕੁਆਇਰ ਕਰ ਲਈ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿਹੜੀ ਚੀਜ਼ ਕਿਸੇ ਨੇ ਕੀਤੀ ਨਹੀਂ ਅਜੇ ਤੱਕ ਕਿਸਾਨ ਵੀਰ ਲਈ, ਕਿਸੇ ਸਰਕਾਰ ਨੇ ਬਾਂਹ ਨਹੀਂ ਸੀ ਅਜੇ ਤੱਕ ਫੜੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਸੀ ਔਰ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਕਿਸਾਨਾਂ ਨੂੰ ਵੀ ਅਸੀਂ ਤੁਹਾਨੂੰ ਜਿਹੜਾ ਆਪਣਾ ਸੁਸਾਈਡ ਨਹੀਂ ਹੋਣ ਦੇਣੀ, ਅਸੀਂ ਤੁਹਾਡਾ ਕਰਜ਼ਾ ਹੀ ਲਾ ਦੇਣਾ ਔਰ ਉਸ ਲਈ 'ਚ ਅਸੀਂ ਚੱਲੇ ਹਾਂ ਔਰ ਆਉਣ ਵਾਲੇ ਸਮੇਂ 'ਚ ਅਸੀਂ ਅੱਗੇ ਵੱਧ ਰਹੇ ਹਾਂ। ਕਮਰਸ਼ੀਅਲ ਬੈਂਕਾਂ ਵੀ ਉਹਨਾਂ ਨੇ ਸਾਨੂੰ ਅਸ਼ੋਰ ਕੀਤੀਆਂ ਨੇ, ਉਹ ਵੀ ਅਸੀਂ ਕਰਜ਼ਾ ਮਾਫ਼ੀ ਕਰਨੀ ਆ। ਇਹ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ, ਕਿਸਾਨ ਨੂੰ ਔਰ ਇਹ ਜਿਹੜਾ ਖਾਸ ਕਰ ਜਿਹੜਾ ਬਾਰਡਰ ਦਾ ਇਲਾਕਾ ਆ, ਕਿਉਂਕਿ ਇੱਥੇ ਮੈਂ ਸਮਝਦਾ ਵੀ ਕਿਸਾਨੀ ਜਿਹੜੀ ਬਹੁਤ ਥੱਲੇ ਆ, ਅਸੀਂ ਪਿੱਛੇ ਹਾਂ ਔਰ ਕਿਸਾਨ ਜਿਹੜਾ ਆਲਰੇਡੀ ਇਸ ਵੇਲੇ ਡੈਟਡ ਹੈਗਾ, ਇਨਡੈਟਡ ਆ ਅਤੇ ਉਹਦੇ ਡੈਟ ਥੱਲੇ ਆ, ਉਹਦੇ ਕਰਕੇ ਅਸੀਂ ਉਹਦੇ ਵਿੱਚੋਂ ਨਿਕਲਣਾ ਆ। ਅਸੀਂ ਉਹਨਾਂ ਦਾ ਉਪਰਾਲਾ ਅੱਜ ਕੀਤਾ ਔਰ ਅੱਜ ਸਾਰੇ ਸਰਟੀਫਿਕੇਟ ਸਾਰੀ ਰਾਸ਼ੀ ਜਿਹੜੀ ਉਹ ਵੰਡੀ ਗਈ ਹੈ, ਕੱਲ੍ਹ ਤੱਕ ਜਿਹੜੀ ਉਹਨਾਂ ਦੇ ਬੈਂਕਾਂ 'ਚ ਚਲੀ ਜਾਣੀ ਹੈ, ਖਾਤਿਆਂ 'ਚ ਜਮ੍ਹਾਂ ਹੋ ਜਾਣੀ ਹੈ ਔਰ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲਣੀ ਹੈ। ਧੰਨਵਾਦ। ਹਾਂਜੀ, ਉਹਦੇ ਲਈ ਗੱਲ ਚੱਲ ਰਹੀ ਹੈ, ਉਹਦੇ ਲਈ ਆਲਰੇਡੀ ਅਸੈਸਮੈਂਟ ਹੋ ਗਈ ਹੈ ਔਰ ਸਟੱਡੀ ਹੋ ਗਈ ਹੈ। ਤਕਰੀਬਨ ਉਹ ਜਿਹੜੀ ਰਕਮ ਹੈ ਗਰੀਬ ਦੀ, ਕਿਸੇ ਦੀ 25,000 ਆ, ਕੋਈ ਗਰੀਬ ਹੈ, ਮਜ਼ਦੂਰ ਹੈ, ਜਿਹੜਾ ਜਿਹਦਾ ਕੋਲ ਕੋਈ ਜ਼ਮੀਨ ਨਹੀਂ, ਜਿਨ੍ਹਾਂ ਨੇ ਕਰਜ਼ਾ ਲਿਆ, ਉਹ ਤਕਰੀਬਨ 250 ਕਰੋੜ ਦੇ ਲਾਗੇ ਹੈ ਔਰ ਇਹ ਵੀ ਸਰਕਾਰ ਜਿਹੜੇ ਬਹੁਤ ਵੱਡਾ ਇਹ ਸੋਚ ਰਹੀ ਹੈ ਵੀ ਉਹਨਾਂ ਦਾ ਵੀ ਜਿਹੜਾ ਸੀ ਕਰਜ਼ਾ ਮਾਫ਼ੀ ਕਰਨੀ ਹੈ। ਇਹਦੀ ਗੱਲ ਆਲਰੇਡੀ ਚੱਲੀ ਆ ਔਰ ਸਾਨੂੰ ਅਸ਼ੋਰ ਕੀਤਾ ਸੀ ਮੈਂ ਨਾਂ ਨਹੀਂ ਲੈਣਾ, ਉਹ ਇੱਕ ਥਾਂ 'ਤੇ ਬਹੁਤ ਵਧੀਆ ਡਿਪਾਰਟਮੈਂਟ, ਉਹ ਕਹਿੰਦੇ ਅਸੀਂ ਤੁਹਾਨੂੰ ਰਕਮ ਸਾਰੀ ਦੇ ਦਿਆਂਗੇ, ਤੁਹਾਨੂੰ ਕਿਤੋਂ ਲੋਨ ਲੈਣ ਦੀ ਲੋੜ ਨਹੀਂ। ਸੋ ਬਹੁਤ ਵਧੀਆ ਗੱਲ ਬਣ ਜਾਣੀ ਉਹਨਾਂ ਲਈ। ਹਾਂਜੀ, ਧੰਨਵਾਦ ਜੀ, ਧੰਨਵਾਦ। ਠੀਕ, ਮੈਂ ਭੁਪਿੰਦਰ ਸਿੰਘ ਵਾਲੀਆ, ਜੁਆਇੰਟ ਰਜਿਸਟਰ ਜਲੰਧਰ ਡਿਵੀਜ਼ਨ ਜਲੰਧਰ, ਬੇਨਤੀ ਕਰਦਾ ਕਿ ਅੱਜ ਅਜਨਾਲਾ ਸਬ ਡਿਵੀਜ਼ਨ ਦਾ ਇੱਥੇ ਫੰਕਸ਼ਨ ਸੀਗਾ, ਜਿਹਦੇ 'ਚ ਮਾਣਯੋਗ ਹਰਪ੍ਰਤਾਪ ਅਜਨਾਲਾ ਜੀ ਔਰ ਐਸ ਡੀ ਐਮ ਜੀ ਵੱਲੋਂ ਜਿਹੜੇ ਇਹ ਸਰਟੀਫਿਕੇਟ ਵੰਡੇ ਗਏ ਹੈ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਸਬ ਡਿਵੀਜ਼ਨ 'ਚ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਕਰਜ਼ਾ ਮਾਫ਼ੀ ਜਿਹੜੀ ਹੈ ਉਹ ਰਾਹਤ ਕਿਸਾਨ ਵੀਰਾਂ ਨੂੰ ਦਿੱਤੀ ਗਈ ਹੈ। ਇਸ ਇਲਾਕੇ ਦੇ ਲੋਕ ਕਿਸਾਨ ਬਹੁਤ ਪਿਛਾਂ ਸੀਗੇ ਇਸ ਕੰਮੋਂ, ਬਹੁਤ ਤੰਗੀ ਤੁਰਸੀ ਕਰਕੇ ਕਾਫੀ ਇਹਨਾਂ ਨੂੰ ਕਰਜ਼ੇ ਦਾ ਭਾਰ ਸੀ, ਜਿਹੜਾ ਕਿ ਪੰਜਾਬ ਸਰਕਾਰ ਨੇ ਲੋੜ ਵੇਲੇ ਬਾਂਹ ਇਹਨਾਂ ਦੀ ਫੜੀ ਹੈ। ਤਕਰੀਬਨ 35 ਕਰੋੜ ਰੁਪਇਆ, 20 ਕਰੋੜ ਅਸੀਂ ਮਾਰਜਨਲ ਫਾਰਮਰ ਜਿਹੜੇ ਤੁਸੀਂ ਕਹਿੰਦੇ ਸਮਾਤ ਕਿਸਾਨ, ਅਤੇ 15 ਕਰੋੜ ਅੱਜ ਛੋਟੇ ਕਿਸਾਨਾਂ ਦਾ ਜਿਨ੍ਹਾਂ ਦੇ 2.5 ਏਕੜ ਤੋਂ 5 ਏਕੜ ਤੋਂ ਘੱਟ ਪੈ ਰਹੀ ਹੈ ਉਹਨਾਂ ਦਾ ਅਸੀਂ ਮਾਫ਼ ਕਰ ਦਿੱਤਾ। ਇਹ ਸਾਰੇ ਸਰਟੀਫਿਕੇਟ ਜਿਹੜੇ ਅਸੀਂ ਅੱਜ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਅਤੇ ਮਾਣਯੋਗ ਸੁਖਜਿੰਦਰ ਸਿੰਘ ਰੰਧਾਵਾ ਜੀ ਸਾਡੇ ਸਹਿਕਾਰਤਾ ਮੰਤਰੀ ਜੀ ਆਦੇਸ਼ਾਂ ਅਨੁਸਾਰ ਅਸੀਂ ਸਬ ਡਿਵੀਜ਼ਨ ਲੈਵਲ 'ਤੇ ਫੰਕਸ਼ਨ ਕਰਕੇ, ਈਵਨ ਕੰਸਟੀਚੁਐਂਸੀ ਲੈਵਲ 'ਤੇ ਅਸੀਂ ਕਰਕੇ ਫੰਕਸ਼ਨ ਜਿਹੜੇ ਸਾਰੇ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਹੋਵੇ ਵੀ ਸਾਡਾ ਕਰਜ਼ਾ ਇੰਨਾ ਮਾਫ਼ ਹੋ ਗਿਆ ਔਰ ਕੱਲ੍ਹ ਤੱਕ ਅਸੀਂ ਜਿਨ੍ਹਾਂ ਦੇ ਸਰਟੀਫਿਕੇਟ ਸਾਡੇ ਬੈਂਕਾਂ 'ਚ ਪ੍ਰਜੈਂਟ ਹੋ ਜਾਣਗੇ ਅਸੀਂ ਉਹ ਸਾਰੇ ਕਰਜ਼ੀ ਮਾਫ਼ੀ ਉਹਨਾਂ ਦੇ ਖਾਤਿਆਂ ਵਿੱਚ ਤੁਰੰਤ ਪਾ ਦਿਆਂਗੇ। ਹਾਂਜੀ, ਕੁਛ ਕੇਸਿਸ ਇੱਥੇ ਮੈਨੂੰ ਪਤਾ ਲੱਗਾ ਕੁਛ ਰਹਿ ਗਏ ਆ, ਉਹ ਅੱਜ ਹੀ ਸਕੀਮ ਜਿਹੜੀ ਆ ਉਹ ਸਾਨੂੰ ਆ ਗਈ ਹੈ ਕਿ 2 ਦਿਨਾਂ ਦੇ ਅੰਦਰ ਅੰਦਰ ਜਿਹੜੇ ਐਲੀਜੀਬਲ ਨੇ ਔਰ ਜਿਨ੍ਹਾਂ ਨੂੰ ਮਾਫ਼ੀ ਨਹੀਂ ਮਿਲ ਸਕੀ ਉਹਦਾ ਕੋਈ ਵੀ ਕਾਰਨ ਹੋ ਸਕਦਾ, ਉਹ ਸਾਨੂੰ 2 ਦਿਨਾਂ ਦੇ ਅੰਦਰ ਅੰਦਰ ਸਾਡੇ AR ਸਾਡੀ ਬ੍ਰਾਂਚ ਜਾਂ ਸਾਡੇ ਸੈਕਟਰੀ ਨੂੰ ਆਪਣਾ ਕੇਸ ਦੱਸਣ, ਅਸੀਂ ਉਹ ਤੁਰੰਤ ਭੇਜ ਕੇ ਉਹ ਸਾਰੀ ਮਾਫ਼ੀ ਮਿਲਾਉਂਦੇ। ਕੁਛ ਕੇਸ ਬਹੁਤ ਪੁਰਾਣੇ ਨੇ, ਸਭ ਤੋਂ ਜ਼ਿਆਦਾ ਮੈਨੂੰ ਦੱਸਦੇ ਐਂ ਵੀ ਖੁਸ਼ੀ ਹੈ ਕਿ ਸਬ ਡਿਵੀਜ਼ਨ 'ਚ ਮਾਣਯੋਗ SDM ਸਾਹਿਬ ਅਬਰਾਏ ਸਾਹਿਬ ਨੇ, ਉਹ ਜੋ ਚੇਅਰਮੈਨ ਨੇ ਕਮੇਟੀ ਦੇ, ਮੇਰਾ AR ਬਲਵਿੰਦਰ ਸਿੰਘ, ਉਹ ਜਿਹੜੇ ਸੈਕਟਰੀ ਨੇ ਕਨਵੀਨਰ ਨੇ ਉਸ ਸੁਸਾਇਟੀ ਦੇ, ਉਹਨਾਂ ਨੇ 500 ਜਿਨ੍ਹਾਂ ਦੇ ਡੈਥ ਕੇਸ ਸੀ ਲੋਨੀ ਸੀ ਸਾਡੇ, ਉਹਨਾਂ ਦਾ ਕਰਜ਼ਾ ਮਾਫ਼ੀ ਲਈ ਜਿਹੜਾ ਐਲੀਜੀਬਲ ਕਰਵਾ ਦਿੱਤਾ ਔਰ ਅਸੀਂ ਉਹਨਾਂ ਦੀ ਮਾਫ਼ ਕਰ ਦਿੱਤੇ ਆ। ਹੋਰ ਵੀ ਕੋਈ ਡੈਥ ਸਰਟੀਫਿਕੇਟ ਜੇ ਕਿਸੇ ਦਾ ਰਹਿ ਗਿਆ ਜਾਂ ਨਹੀਂ
फिर भी नहीं मिलता कि सरपंच नंबरदार सैकटरी तो सू रिपोर्ट करा दौ कि बंदा वाकई यदि मौत हो चुकी है तो असं पूरी कोशिश करा उन्होंने भी करजे जोड़े है थोड़े दिनों माफ करवा अधिकारियों की लापरवाही इस तरह कुछ इतने केसिस इदा के रिपोर्टर से भी कुछ सोसायटिया के मुलाजमान ने कुछ किसान वीर धक्का किया उन्होंने किसी न भी इनकुआरी चल रही है जिस विच भी कोई दोषी पाया गया और ते बहुत सख्त कार्रवाई होने जा रही है। मेरी सारियां नूं अपील है कि कोई भी सरकारी सभावां दा मुलाजम जिन्हें भी कोई इदां दा काम जे उहदे ध्यान विच है तो उन्हूं ठीक कर लेना चाहिए नहीं तो बहुत सख्त एक्शन असीं लैण जा रहे। जगदीप सिंह पिंड राजियां ते कैप्टन सरकार दी बहुत देन है सानूं जिहड़ा उन्होंने साडा कर्जा माफ़ किया जी जो उन्हें वादा किया सी उन्हें पूरा किया कि किसानों ने सोचा सी उन्हें कर विखाया जी असी 1 लाख 99 कर्जा माफ़ है जी जो कि उन्होंने 2 लाख टीचा मिथिया जी 5 एकड़ मालक का उच्च कैटेगरी मैं जी तो बहुत बहुत धन्यवाद पंजाब सरकार का और सरदार हर प्रताप सिंह जी MLA जो साढ़े हल्के ने जो कि लोगों की बहुत मेहनत कर रहे लोगों वास्ते उन्हें बहुत धन्यवाद दी हाँ। मेरा नाम नत्था सिंह सानू हरनाम सिंह पिंड दूहरी हाँ। सरकार का बहुत बहुत धन्यवाद है जी जो इन्होंने छोटे किसानों की बांह फड़ी है। मेरा अपना कर्जा जोड़ा वो लगभग 1,15,000 से सोसायटी का कोपरेटिव का वो माफ होया। बहुत वधिया महसूस होंदा जी ये मैं लैण देन करता रहा लेकिन जो स्कीम आई फिर उदों पास होया ना। हाँ जी।